ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ। ਅੱਜ ਦਾ ਇਹ ਸ਼ੋਅ ਥੋੜ੍ਹਾ ਜਿਹਾ ਖਾਸ ਹੈ ਕਿਉਂਕਿ ਇੱਕ ਤਾਂ ਇਸ ਪ੍ਰੋਗਰਾਮ ਦੇ ਵਿੱਚ ਪੰਨੂ ਸਾਹਿਬ ਦੀਆਂ ਗੱਲਾਂ ਆਪਾਂ ਸੁਣਾਂਗੇ, ਨਾਲ ਦੀ ਨਾਲ ਇੱਕ ਖਾਸ ਇੰਟਰਵਿਊ, ਇੱਕ ਖਾਸ ਮੁਲਾਕਾਤ ਦੇ ਕੁਛ ਅੰਸ਼ ਜਿਹੜੇ ਨੇ ਉਹ ਤੁਹਾਨੂੰ ਦਿਖਾਏ ਜਾਣਗੇ, ਜਿਹੜੇ ਕਿ ਸਰਦਾਰ ਜਸਵਿੰਦਰ ਸਿੰਘ ਬਿੱਟਾ ਹੋਰਾਂ ਨੇ ਕੀਤੀ ਹੈ। ਉਸ ਇੰਟਰਵਿਊ ਦਾ ਇਸ ਪ੍ਰੋਗਰਾਮ ਨਾਲ ਕੀ ਲਿੰਕ ਹੈ ਅਤੇ ਅੱਜ ਜਿਹੜੀ ਆਪਾਂ ਗੱਲ ਕਰਨੀ ਉਹਦਾ ਲਿੰਕ ਕਿੱਥੇ ਕਿੱਥੇ ਜਾ ਕੇ ਜੁੜੇਗਾ, ਇਹ ਥੋੜ੍ਹਾ ਜਿਹਾ ਦਿਲਚਸਪ ਹੈ, ਆਪਾਂ ਜਾਣਦੇ ਹਾਂ। ਪੰਨੂ ਸਾਹਿਬ ਕੋਲੋਂ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨੂ ਸਾਹਿਬ, ਗੱਲ ਚੱਲਦੀ ਆ ਕਿ ਟਕਸਾਲੀ ਅਕਾਲੀ ਆਗੂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਅਤੇ ਰਤਨ ਸਿੰਘ ਅਜਨਾਲਾ ਹੋਰਾਂ ਨੂੰ ਜਦੋਂ ਕੱਢਿਆ ਗਿਆ ਪਾਰਟੀ ਦੇ ਵਿੱਚੋਂ ਐਤਵਾਰ ਦੀ ਗੱਲ ਹੈ, ਥੋੜ੍ਹੇ ਸਮੇਂ ਬਾਅਦ ਇਹ ਗੱਲ ਵੀ ਸਾਹਮਣੇ ਆ ਜਾਂਦੀ ਹੈ ਕਿ ਵੀ ਇੱਕ ਸੰਮਣ ਜਿਹੜਾ ਸਪੈਸ਼ਲ ਐੱਸ ਆਈ ਟੀ ਜਿਹੜੀ ਬਣੀ ਹੋਈ ਆ ਉਹਦੇ ਵੱਲੋਂ ਜਾਰੀ ਕੀਤਾ ਜਾਂਦਾ ਉਸ ਸਮੇਂ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਨੂੰ, ਸਾਬਕਾ ਡਿਪਟੀ ਸੀ ਐੱਮ ਸਾਹਿਬ ਨੂੰ, ਅਤੇ ਇੱਕ ਅਕਸ਼ੇ ਕੁਮਾਰ ਨੂੰ ਕੀਤਾ ਜਾਂਦਾ, ਉਹ ਫਿਲਮੀ ਐਕਟਰ ਹੈ। ਹੁਣ ਰੌਲਾ ਤਾਂ ਪੰਜਾਬ ਦਾ ਚੱਲੀ ਜਾਂਦਾ, ਵਿੱਚ ਅਕਸ਼ੇ ਕੁਮਾਰ ਸਾਹਿਬ ਦਾ ਨਾਂ ਕਿਵੇਂ ਬੋਲ ਪਿਆ ਜੀ? ਗੁਰਪ੍ਰੀਤ ਜੀ, ਗੱਲ ਇਹ ਹੈ ਕਿ ਅਸੀਂ ਤਾਂ ਆਪਣੇ ਪ੍ਰੋਗਰਾਮਾਂ 'ਚ ਕਈ ਵਾਰ ਇਹ ਚਰਚਾ ਕੀਤੀ ਹੈ ਕਿ ਅਕਸ਼ੇ ਕੁਮਾਰ ਦੇ ਕੋਲ ਸੁਖਬੀਰ ਸਿੰਘ ਬਾਦਲ ਕਿਸੇ ਸਿੱਖਾਂ ਨਾਲ ਜੁੜੀ ਫਿਲਮ ਦੀ ਗੱਲ ਕਰਨ ਗਿਆ ਅਤੇ ਸੱਚੇ ਸੌਦੇ ਵਾਲੇ ਬਾਬੇ ਦੀ ਗੱਲ ਕਰਕੇ ਆ ਗਿਆ। ਉਹ ਸਾਰੀ ਕਹਾਣੀ ਸਾਡੇ ਕੋਲ ਕਿੱਥੋਂ ਪਹੁੰਚੀ, ਪੰਜਾਬ ਦੇ ਲੋਕਾਂ ਕੋਲ ਕਿੱਥੋਂ ਪਹੁੰਚੀ, ਕਿਸੇ ਨੂੰ ਕੋਈ ਪਤਾ ਨਹੀਂ ਸੀ। ਉਹ ਸਿਰਫ ਅਤੇ ਸਿਰਫ ਇੱਕ ਬੰਦਾ ਜਾਣਦਾ ਸੀ, ਉਹ ਸੀ ਸੰਗਰੂਰ ਦੇ ਵਿੱਚ ਬਰਨਾਲੇ 'ਚ ਬੈਠੇ ਰਾਜਦੇਵ ਸਿੰਘ ਐਡਵੋਕੇਟ, ਸਾਬਕਾ ਮੈਂਬਰ ਪਾਰਲੀਮੈਂਟ ਵੀ ਨੇ। ਉਹਨਾਂ ਦੇ ਨਾਲ ਸਾਡੇ ਜਸਵਿੰਦਰ ਸਿੰਘ ਬਿੱਟਾ ਹੋਰੀ ਗੱਲ ਕਰਕੇ ਆਏ ਆ। ਬਿਹਤਰ ਇਹ ਹੈ ਕਿ ਅਸੀਂ ਉਹਨਾਂ ਤੋਂ ਹੀ ਸੁਣੀ ਕਿ ਉਹਨਾਂ ਦੇ ਕੋਲ ਇਹ ਗੱਲ ਕਿੱਥੋਂ ਹੋਈ ਅਤੇ ਫਿਰ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚੀ। ਜੀ ਦੇਖੋ ਜੀ, ਇਸ ਸਮੇਂ ਮੈਂ ਤੁਹਾਨੂੰ ਇਹ ਗੱਲ ਬੜੀ ਸਪਸ਼ਟ ਦੱਸਣੀ ਚਾਹੁੰਦਾ ਜੀ ਕਿ ਮੇਰੇ ਕੋਲ ਪੂਰੀ ਵਿਸ਼ਵਾਸ ਜੋਤ ਜਿਹੜੀ ਸੀ ਸੂਚਨਾ ਆ ਚੁੱਕੀ ਸੀ ਜੀ ਕਿ ਅਕਸ਼ੇ ਕੁਮਾਰ ਜਿਹੜਾ ਹੈਗਾ ਉਹ ਵਿਚੋਲਾ ਬਣ ਗਿਆ ਜੀ, ਅਤੇ ਉੱਥੇ ਬੰਬਈ ਦੇ ਵਿੱਚ ਜਾ ਕੇ, ਜਿਹਨੂੰ ਬੰਬੇ ਵੀ ਕਹਿੰਦੇ ਹੈ, ਉੱਥੇ ਜਾ ਕੇ ਉੱਥੇ ਹੀ ਇਹ ਗੁਰਮੀਤ ਰਾਮ ਰਹੀਮ ਸਿੰਘ ਬੁਲਾ ਲਿਆ, ਉੱਥੇ ਇਹ ਗਿਆਨੀ ਗੁਰਮਠ ਸਿੰਘ ਨੂੰ ਬੁਲਾ ਲਿਆ, ਅਤੇ ਉੱਥੇ ਜਾ ਕੇ ਇੱਕ ਇਹਨਾਂ ਨੇ ਪੈਸਿਆਂ ਦੇ ਤੌਰ 'ਤੇ ਸਮਝੌਤਾ ਕੀਤਾ ਕਿ ਇਹ ਜਿਹੜਾ ਫਿਲਮ ਹੈ ਇਸ ਫਿਲਮ ਨੂੰ ਜਿਹੜਾ ਹੈਗਾ ਉਹ ਚਲਾਇਆ ਜਾਵੇ, ਅਤੇ ਮਸੰਜਰ ਆਫ ਡੌਡ ਜਿਹੜਾ ਮਸੰਜਰ ਆਫ ਡੌਡ ਹੈ ਇਸ ਫਿਲਮ ਨੂੰ ਚਲਾਇਆ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਨੂੰ ਲਾਂਭੇ ਕਰਕੇ ਇਹ ਡੇਰਾ ਸਰਸਾ ਦੀ ਅਤੇ ਗੁਰਮੀਤ ਰਾਮ ਰਹੀਮ ਦੀ ਜਿਹੜੀ ਹੈ ਅਗਵਾਈ ਜਿਹੜੀ ਹੈ ਉਹ ਇੱਥੇ ਬਣਾਈ ਜਾਵੇ। ਸੋਰਸ ਦੀ ਜਿਹੜੀ ਗੱਲ ਕਰੀ ਹੈ ਕਿ ਸਰੋਤ ਕੀ ਹੁੰਦੇ ਨੇ, ਮੈਂ ਇੰਨੇ ਲੰਬੇ ਸਮੇਂ ਤੋਂ ਇਸ ਜ਼ਿੰਦਗੀ ਦੇ ਸਿਆਸੀ ਜ਼ਿੰਦਗੀ ਦੇ ਵਿੱਚ ਰਿਹਾ, ਆਪਣੇ ਬਚਪਨ ਤੋਂ ਜਦੋਂ ਮੈਂ ਭਚੰਗੀ ਹੁੰਦਾ ਸੀ, ਫਿਰ ਮੈਂ ਨੌਜਵਾਨ ਹੋਇਆ, ਹੁਣ ਮੈਂ ਇਸ ਉਮਰ ਦੇ ਵਿੱਚ ਆਇਆ, ਮੈਂ ਲੰਬਾ ਸਮਾਂ ਵੱਡੇ ਵੱਡੇ ਜਿਹੜੇ ਨੇਤਾ ਸੀ, ਜਿਹੜੇ ਵਜ਼ੀਰ ਸੀ, ਜਿਹੜੇ ਵੱਡੇ ਪਾਰਟੀ ਦੇ ਪ੍ਰਮੁੱਖ ਸੀ, ਸਾਰਿਆਂ ਦੇ ਨਾਲ ਮੇਰੀ ਸਾਂਝ, ਉਦੋਂ ਦੇ ਮੈਂਬਰ ਪਾਰਲੀਮੈਂਟ ਦੇ ਨਾਲ ਸਾਂਝ, ਔਰ ਹਰੇਕ ਸੂਬੇ ਦੇ ਵਿੱਚ, ਮਹਾਰਾਸ਼ਟਰ 'ਚ ਵੀ, ਕਰਨਾਟਕ ਦੇ ਵਿੱਚ ਵੀ ਮੇਰੀ ਸਾਂਝ ਜਿਹੜੀ ਆ ਉਹ ਬਕਾਇਦਾ ਚੱਲਦੀ ਰਹੀ ਹੈ। ਸੋ ਉਸ ਸਮੇਂ ਜਿਨ੍ਹਾਂ ਦੇ ਨਾਲ ਵੀ ਮੈਂ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਸੰਭਾਵੀ ਸਮਝੌਤੇ ਬਾਰੇ ਦੱਸਿਆ। ਉਹਨਾਂ ਨੇ ਕਿਹਾ ਇਹ ਸੰਭਾਵੀ ਸਮਝੌਤਾ ਜਿਹੜਾ ਹੈ ਨਹੀਂ, ਇਹ 100% ਇਹ ਸਮਝੌਤਾ ਹੋਣ ਹੀ ਵਾਲਾ ਹੈ। ਅੱਛਾ, ਤੁਸੀਂ ਪਹਿਲਾਂ ਦੱਸ ਦਿੱਤਾ ਸੀ? ਮੈਂ ਪਹਿਲਾਂ ਦੱਸਤਾ ਸੀ ਇਹ ਸਮਝੌਤਾ ਜਿਹੜਾ ਹੋਣ ਹੀ ਵਾਲਾ ਹੈ, ਅਤੇ ਉਹ ਸਮਝੌਤਾ ਅਸਲ ਦੇ ਵਿੱਚ ਆ ਗਿਆ। ਅੱਛਾ, ਹੁਣ ਮੈਥੋਂ ਸਰੋਤ ਪੁੱਛਿਆ ਜਾਵੇ, ਸਭ ਤੋਂ ਵੱਡਾ ਸਰੋਤ ਇਹ ਹੈ ਕਿ ਉਸ ਦੇ ਪਿੱਛੋਂ ਜਦੋਂ ਸਮਝੌਤਾ ਹੋ ਗਿਆ, ਜਦੋਂ ਇਹ ਮਾਫ਼ੀਨਾਮਾ ਦੇਤਾ ਅਤੇ ਮਾਫ਼ੀਨਾਮਾ ਪਿੱਛੋਂ ਰੱਦ ਵੀ ਕਰਤਾ, ਉਹਦੇ ਪਿੱਛੋਂ ਗਿਆਨੀ ਗੁਰਮਠ ਸਿੰਘ ਦਾ ਹੀ ਬਿਆਨ ਆ ਗਿਆ, ਜਿਹਦੇ ਵਿੱਚ ਗਿਆਨੀ ਗੁਰਮਠ ਸਿੰਘ ਨੇ ਮੇਰੇ ਸਾਰੇ ਜਿਹੜੀ ਗੱਲ ਕਹੀ ਸੀ ਉਹਦੀ ਪ੍ਰੋੜਤਾ ਕਰਤੀ ਵੀ ਇਸ ਤਰ੍ਹਾਂ ਹੋਈ ਸੀ। ਅਤੇ ਉਹ ਜਿਹੜੀ ਪ੍ਰੋੜਤਾ ਕਰਨਾ, ਜਿਹੜਾ ਬੰਦਾ ਵਿੱਚ ਸ਼ਾਮਿਲ ਹੋਵੇ ਉਹ ਪ੍ਰੋੜਤਾ ਕਰਨਾ, ਗਿਆਨੀ ਗੁਰਮਠ ਸਿੰਘ ਆਪਣੇ ਤੌਰ 'ਤੇ ਸ਼ਾਮਿਲ ਨਹੀਂ ਸੀ, ਉਹਨੂੰ ਤਾਂ ਉੱਥੇ ਸ਼ਾਮਿਲ ਕੀਤਾ ਗਿਆ, ਬੁਲਾਇਆ ਗਿਆ, ਹਾਂ ਸ਼ਾਮਿਲ ਕੀਤਾ ਗਿਆ, ਬੁਲਾਇਆ ਗਿਆ, ਹੁਕਮ ਦਿੱਤਾ ਗਿਆ। ਹੁਕਮ ਤਾਂ ਜਿਹੜਾ ਜਥੇਦਾਰ ਦਾ ਮੰਨਣਾ ਹੁੰਦਾ, ਇਹ ਹੁਕਮ ਦੇ ਕੇ ਜਥੇਦਾਰ ਨੂੰ ਬੁਲਾਉਂਦੇ ਸੀ, ਅਤੇ ਉਹ ਜਥੇਦਾਰ ਜਿਹੜਾ ਸੀ ਉੱਥੇ ਬੁਲਾਇਆ ਗਿਆ ਸੀ, ਅਤੇ ਉਹਨੇ ਪ੍ਰੋੜਤਾ ਕੀਤੀ, ਪਿੱਛੋਂ ਹਿੰਮਤ ਸਿੰਘ ਨੇ ਭਾਈ ਨੇ ਵੀ ਪ੍ਰੋੜਤਾ ਕੀਤੀ, ਹੋਰਾਂ ਨੇ ਵੀ ਪ੍ਰੋੜਤਾ ਕੀਤੀ। ਉਹ ਮੇਰੀ ਗੱਲ ਨੂੰ ਹੀ ਅੱਜ ਜਿਹੜਾ ਹੈ ਇਹ ਸਭ ਤੋਂ ਵੱਡਾ ਵਿਸ਼ਾ ਬਣਾਇਆ ਗਿਆ, ਅਤੇ 161 ਪੰਨੇ 'ਤੇ ਜਿਹੜੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਹੈ ਉਸ ਦੇ ਵਿੱਚ ਵੀ ਹਵਾਲਾ ਦਿੱਤਾ ਗਿਆ। ਇਹ ਇਹਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਹੋ ਨਹੀਂ ਸਕਦਾ ਸੀ। ਅਤੇ ਉਸ ਤੋਂ ਪਹਿਲਾਂ ਖਾਲਸਾ ਜੀ ਸਿੰਘ ਇਜ਼ ਕਿੰਗ ਸ਼ਾਇਦ ਉਹਦੀ ਫਿਲਮ ਆਉਂਦੀ ਹੈ, ਹਾਂਜੀ, ਅਕਸ਼ੇ, ਉਹਦੇ 'ਤੇ ਵੀ ਇਤਰਾਜ਼ ਉੱਠਦਾ ਹੈ। ਹਾਂਜੀ, ਕੀ ਇਹ ਦੋਨੇ ਸਮਝੌਤੇ ਇੱਕੋ ਜਗ੍ਹਾ 'ਤੇ ਇੱਕੋ ਸਮੇਂ ਹੋਏ? ਬਿਲਕੁਲ ਜੀ, ਬਿਲਕੁਲ, ਇਹ 100% ਦੋਵੇਂ ਸਮਝੌਤੇ ਇੱਕੋ ਜਗ੍ਹਾ 'ਤੇ ਹੋਏ। ਇਹੀ ਕਾਰਨ ਸੀ ਕਿ ਅਕਸ਼ੇ ਕੁਮਾਰ ਉਸ ਦੇ ਵਿੱਚ ਵਿਚੋਲਾ ਬਣਿਆ ਜੀ, ਕਿਉਂਕਿ ਉਸ ਮਸੰਜਰ ਆਫ ਡੌਡ ਦੇ ਵਿੱਚ ਸਮਝੌਤਾ ਕਰਨ ਨਾਲ, ਉਸ ਦੀ ਡੀਲ ਕਰਨ ਨਾਲ ਇਸ ਦੀ ਆਪਦੀ ਫਿਲਮ ਦੀ ਵੀ ਡੀਲ ਹੋ ਰਹੀ ਸੀ, ਇਸ ਲਈ ਇਹ ਸਮਝੌਤਾ ਕਰਾਇਆ ਗਿਆ।
ਅਤੇ ਬਾਦਲਾਂ ਦਾ ਉਸਦੇ ਵਿੱਚ ਇਹ ਸੀ ਕਿ ਸਾਨੂੰ ਵੋਟਾਂ ਮਿਲਣੀਆਂ, ਸਿਆਸੀ ਲਾਹਾ, ਹਾਂ ਸਾਨੂੰ ਸਿਆਸੀ ਲਾਹਾ ਮਿਲੂਗਾ ਅਤੇ ਸਰਸੇ ਵਾਲਿਆਂ ਦੀਆਂ ਵੋਟਾਂ, ਇੱਕ ਇਹ ਭਰਮ ਫੈਲਾਇਆ ਗਿਆ ਸੀ ਕਿ ਸਰਸੇ ਵਾਲਿਆਂ ਕੋਲ ਇੰਨੀ ਤਾਕਤ ਹੈ, ਗੁਰਮੀਤ ਰਾਮ ਰਹੀਮ ਕੋਲ ਇੰਨੀ ਤਾਕਤ ਹੈ, ਉਹ ਕਿਸੇ ਨੂੰ ਵੀ ਹਰਾ ਸਕਦਾ ਅਤੇ ਕਿਸੇ ਨੂੰ ਵੀ ਉਹ ਜਿਤਾ ਸਕਦਾ। ਅੱਛਾ, ਮੇਰੇ ਦੋਸ਼ ਜਦੋਂ ਇਸ ਤੋਂ ਪਿੱਛੋਂ ਮੈਂ ਬਿਆਨ ਦਿੱਤਾ, ਹੁਣ ਲਗਭਗ ਸਾਰਿਆਂ ਨੇ ਇਸ ਨੂੰ ਅਪਣਾ ਲਿਆ। ਜੇ ਸੁਨੀਲ ਕੁਮਾਰ ਜਾਖੜ ਹੈ ਉਸਨੇ ਵੀ ਅਪਣਾ ਲਿਆ, ਅਤੇ ਜੇ ਹੋਰ ਪਾਰਟੀਆਂ ਦੇ ਮੁਖੀ ਨੇ ਉਹਨਾਂ ਨੇ ਵੀ ਅਪਣਾ ਲਿਆ, ਪਰੰਤੂ ਇਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹ ਬਿਆਨ ਦੇਣ ਦਾ, ਇਹ ਬਿਆਨ ਦੇ ਕੇ ਲੋਕਾਂ ਨੂੰ ਜਿਹੜਾ ਸੂਚਿਤ ਕਰਨ ਦਾ ਅਤੇ ਸਾਵਧਾਨ ਕਰਨ ਦਾ, ਉਹ ਮੈਨੂੰ ਇਹ ਜਿਹੜਾ ਹੈ ਇਹ ਮੰਨ ਜਾਂਦਾ। ਪੁਨਰ ਸਾਹਿਬ, ਹੁਣ ਇਹ ਸਾਰੇ ਮਾਮਲੇ ਦੇ ਵਿੱਚ ਮੈਂ ਜ਼ਰੂਰ ਤੁਹਾਡਾ ਵਿਊ ਪੁਆਇੰਟ ਵੀ ਜਾਣਨਾ ਚਾਹੁੰਦਾ ਕਿ ਤੁਸੀਂ ਇਹਦੇ 'ਤੇ ਕੀ ਕਹਿਣਾ ਚਾਹੁੰਦੇ ਹੋ, ਅਤੇ ਨਾਲ ਦੀ ਨਾਲ ਇਹ ਵੀ ਥੋੜ੍ਹਾ ਜਿਹਾ ਦੱਸੋ ਕਿ ਵੀ ਇਹ ਗੱਲ ਸ਼ੁਰੂ ਵੈਸੇ ਕਿੱਥੋਂ ਹੁੰਦੀ ਹੈ, ਤੁਰਦੀ ਕਿੱਥੋਂ ਸੀਗੀ? ਦੇਖੋ, ਸ਼ੁਰੂਆਤ ਇੱਥੋਂ ਹੀ ਕਿ ਜਦੋਂ ਅਚਾਨਕ ਜਿਵੇਂ ਕਾਸ਼ ਚੋਂ ਕੱਢ ਕੇ ਕੁਹਾੜੀ ਮਾਰੀ ਦੀ ਹੈ, ਅਕਾਲ ਤਖ਼ਤ ਦੇ ਜਥੇਦਾਰ ਨੇ ਪੁਰਾਣੇ ਆਪਣੇ ਸਾਰੇ ਫੈਸਲਿਆਂ ਉੱਤੇ ਕੁਹਾੜੀ ਮਾਰਨ ਵਾਂਗ ਇੱਕ ਹੁਕਮਨਾਮਾ ਜਾਰੀ ਕੀਤਾ ਕਿ ਸੱਚੇ ਸੌਦੇ ਵਾਲੇ ਬਾਬੇ ਨੂੰ ਮਾਫ਼ ਕੀਤਾ ਜਾਂਦਾ। ਅਗਲੇ ਦਿਨ ਦੇ ਅਖ਼ਬਾਰ ਵਿੱਚ ਨਾਲ ਹੀ ਉਸ ਫੈਸਲੇ ਦੇ ਇੱਕ ਡੱਬੀ ਛਪੀ ਦਿੱਲੀ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਤਰਲੋਚਨ ਸਿੰਘ ਦੀ, ਕਿ ਜਿਹੜੀ ਕਹਿੰਦੇ ਉਹਨੇ ਮਾਫ਼ੀ ਮੰਗੀ ਸੱਚੇ ਸੌਦੇ ਵਾਲੇ ਨੇ, ਇਹ ਤਾਂ 6 ਸਾਲ ਪੁਰਾਣੀ ਚਿੱਠੀ, ਉਹ ਅਜੇ ਦੀ ਕਾਪੀ ਮੇਰੇ ਕੋਲ ਵੀ ਹੈ ਜੀ, ਇਹ ਤਾਂ ਸਾਰਾ ਝੂਠ ਹੈ। ਐਨ ਉਸੇ ਵਕਤ ਸਾਡੇ ਪੰਜਾਬ ਦੀਆਂ ਅਖਬਾਰਾਂ 'ਚ ਕਿਤੇ ਨਹੀਂ, ਪਰ ਕੁਛ ਨਾ ਕੁਛ ਦੂਸਰਿਆਂ ਨੁੱਕਰਾਂ ਫੋਲਣ ਦੀ ਮੇਰੀ ਆਦਤ ਸੀ, ਉੱਥੋਂ ਨੁੱਕਰਾਂ ਫੋਲਦਿਆਂ ਪਤਾ ਲੱਗਾ ਕਿ ਬਰਨਾਲੇ ਅਤੇ ਸੰਗਰੂਰ ਦੇ ਵਿੱਚ ਇੱਕ ਖਬਰ ਛਪੀ ਆ, ਰਾਜਦੀਪ ਸਿੰਘ ਐਡਵੋਕੇਟ ਦਾ ਬਿਆਨ ਜੀ। ਉਹ ਖਬਰ ਜਿਹੜੀ ਸੀ ਕਿ ਕਿਸ ਤਰ੍ਹਾਂ ਸੱਚੇ ਸੌਦੇ ਵਾਲੇ ਬਾਬੇ ਦੀ ਗੱਲ ਅਕਸ਼ੇ ਕੁਮਾਰ ਨੇ ਸੁਖਬੀਰ ਸਿੰਘ ਨਾਲ ਕਰਾਈ ਅਤੇ ਅਕਾਲ ਤਖ਼ਤ ਸਾਹਿਬ ਤੋਂ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੂੰ ਸੱਦਿਆ ਗਿਆ, ਉਹਨੂੰ ਕਿਸ ਤਰ੍ਹਾਂ ਦਬਾਇਆ ਗਿਆ, ਫਿਰ ਉਹ ਦੱਬੀ ਪਾਰ ਕਿੱਦਾਂ ਆ ਗਈ, ਬਿਹਤਰ ਅਸੀਂ ਰਾਜਦੀਪ ਸਿੰਘ ਐਡਵੋਕੇਟ ਹੋਰਾਂ ਤੋਂ ਸੁਣ ਲਈਏ। ਖਾਲਸਾ ਜੀ, ਇਹ ਦੱਸਿਓ, ਇਹ ਤੁਸੀਂ ਬਿਆਨ ਜਾਰੀ ਜਦੋਂ ਕੀਤਾ, ਮੀਡੀਆ ਦੇ ਸਾਹਮਣੇ ਕੀਤਾ? ਹਾਂ, ਮੀਡੀਆ ਦੇ ਸਾਹਮਣੇ ਕੀਤਾ। ਕਿਹੜੇ ਕਿਹੜੇ ਮੀਡੀਆ ਨੇ ਤੁਹਾਨੂੰ ਇਸ ਬਿਆਨ ਨੂੰ ਨਸ਼ਰ ਕੀਤਾ, ਜਾਂ ਤੁਹਾਡੇ 'ਤੇ ਬਾਅਦ 'ਚ ਪ੍ਰੈਸ਼ਰ ਵੀ ਪਿਆ ਕਿ ਇਹ ਤੁਸੀਂ ਕੀ ਕਰ ਰਹੇ ਹੋ? ਖਾਲਸਾ ਜੀ, ਦੱਸੋ ਜੋ ਚਾਹੀਦਾ ਅਸੀਂ ਕਰਦੇ ਹਾਂ। ਦੇਖੋ, ਇਹ ਜਿਹੜਾ ਬਿਆਨ ਦਿੱਤਾ, ਲਗਭਗ ਸਾਰੇ ਅਖਬਾਰਾਂ ਦੇ ਪ੍ਰਤੀਨਿਧ, ਨਾਮਾ ਨਗਾਰ ਜਿਹੜੇ ਜਰਨਲਿਸਟ ਸੀ ਉਹ ਹਾਜ਼ਰ ਸੀ। ਪ੍ਰੈਸ ਕਾਨਫਰੰਸ ਤੁਸੀਂ ਬਕਾਇਦਾ ਇੱਥੇ ਕੀਤੀ? ਹਾਂ, ਇੱਥੇ ਕੀਤੀ ਸੀ ਜੀ। ਅਤੇ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਜਣੇ ਹਾਜ਼ਰ ਸੀ, ਅਤੇ ਇਹ ਜਿਹੜੀ ਹੈ ਨਾ ਸਿਰਫ ਪੰਜਾਬ ਪੱਧਰ ਦੀ ਬਲਕਿ ਦੇਸ਼ ਪੱਧਰ ਦੀ, ਅੰਤਰਰਾਸ਼ਟਰੀ ਪੱਧਰ ਦੀ ਖਬਰ ਸੀ ਜੀ। ਪਰੰਤੂ ਉਹਦੇ ਪਿੱਛੋਂ ਜੇ ਦਬਾਅ ਪਾਇਆ ਗਿਆ ਅਖਬਾਰਾਂ ਵਾਲਿਆਂ 'ਤੇ, ਉਹ ਸਾਫ਼ ਸਪਸ਼ਟ ਹੈ ਕਿ ਇਹ ਖਬਰ ਸਿਰਫ ਬਰਨਾਲਾ ਸੰਗਰੂਰ ਜਿਹੜੇ ਹੈਗੇ ਆ, ਇੱਧਰਲੇ ਜਿਹੜੇ ਪਰਚੇ ਆਉਂਦੇ ਹੈ, ਇੱਧਰਲੇ ਐਡੀਸ਼ਨ ਹੈ, ਸਿਰਫ ਉਹਨਾਂ ਦੇ ਵਿੱਚ ਇਹ ਨਸ਼ਰ ਹੋਈ ਜੀ। ਉਹਨਾਂ ਦੇ ਵਿੱਚ ਇਹਨੂੰ ਪ੍ਰਕਾਸ਼ਿਤ ਕੀਤਾ ਗਿਆ ਅਤੇ ਦੂਜੇ ਇਹ ਸੂਬੇ ਵਿੱਚ ਅਤੇ ਦੇਸ਼ ਵਿੱਚ ਨਹੀਂ ਗਈ। ਪਰੰਤੂ ਉਸਦੇ ਪਿੱਛੋਂ ਜਿਹੜੇ ਸੀਗੇ ਮੰਨੇ ਪ੍ਰਮੰਨੇ ਨਾਮਾ ਨਗਾਰ ਸੀ, ਜਿਹੜੇ ਹੋਰ ਸੀਗੇ, ਅਤੇ ਜਿਸ ਤਰ੍ਹਾਂ ਜਤਿੰਦਰ ਪੰਨੂ ਜੀ ਨੇ ਹੋਰ, ਇਹਨਾਂ ਨੇ ਉਸ ਖਬਰ ਨੂੰ ਸਾਰੇ ਨਸ਼ਰ ਕਰਤਾ ਜੀ। ਉਹਦਾ ਸਿਹਰਾ ਇਹਨਾਂ ਦੇ ਸਿਰ ਜਾਂਦਾ। ਇਹ ਜਿਹੜਾ ਦਬਾਅ ਪਾਇਆ ਗਿਆ, ਉਸ ਸਮੇਂ ਬਾਦਲ ਸਰਕਾਰ ਸੀ, ਅਤੇ ਬਾਦਲ ਸਰਕਾਰ ਵੱਲੋਂ ਪਾਏ ਦਬਾਅ ਨਾਲ ਹੀ ਇਹ ਪੰਜਾਬ ਪੱਧਰ ਦੀ ਜਿਹੜੀ ਖਬਰ ਅਤੇ ਆਪਣਾ ਰਾਸ਼ਟਰ ਪੱਧਰ ਦੀ, ਅੰਤਰਰਾਸ਼ਟਰੀ ਪੱਧਰ ਦੀ ਸਿਰਫ ਸਮੇਟ ਕੇ ਰੱਖਤੀ ਕਿ ਸੰਗਰੂਰ ਬਰਨਾਲੇ ਦੇ ਵਿੱਚ ਹੀ ਆਊਗੀ। ਅਤੇ ਦਬਾਅ ਜਿਹੜਾ ਸੀ ਮੇਰੇ 'ਤੇ ਉਸ ਸਮੇਂ, ਜਿਹੜਾ ਸੀ ਹਰ ਤਰ੍ਹਾਂ ਦਾ ਦਬਾਅ ਪਾਇਆ ਗਿਆ, ਹਰ ਤਰ੍ਹਾਂ ਦਾ ਇਹ ਦਬਾਅ ਪਾਇਆ ਗਿਆ ਕਿ ਇਸ ਨੂੰ ਵਾਪਸ ਲਿੱਤਾ ਜਾਵੇ। ਤੁਸੀਂ ਕਿਹੋ ਜਿਹੇ ਮੈਂ ਭੁੱਲ ਭੁਲੇਖੇ ਨਾਲ ਦੇ ਗਿਆ, ਮੈਨੂੰ ਗਲਤ ਫਹਿਮੀਆਂ ਹੋ ਗਈਆਂ ਸੀ, ਇੱਕ ਰਾਜੀਨਾਮੇ ਮੰਨੂ ਅਤੇ ਤੁਹਾਨੂੰ ਆਹ ਪਦਵੀ ਦਿੱਤੀ ਜਾਊ, ਤੁਹਾਨੂੰ ਇਹ ਅਕਾਲੀ ਦਲ ਦੇ ਵਿੱਚ, ਅਤੇ ਮੈਂ ਉਹ ਸਾਰੀਆਂ ਪਦਵੀਆਂ ਨੂੰ, ਸਾਰਿਆਂ ਨੂੰ ਠੋਕਰ ਮਾਰੀ, ਅਤੇ ਕੋਈ ਇਹਨਾਂ ਦੀ ਜਿਹੜੀ ਹੈ ਇਹ ਜਿਹੜੀ ਲਾਲਚ ਦੇਣ ਵਾਲੀ ਗੱਲ ਸੀ, ਉਹਨਾਂ ਨੂੰ ਨਹੀਂ ਮੰਨਿਆ। ਗੁਰਪ੍ਰੀਤ ਜੀ, ਹੁਣ ਤੁਸੀਂ ਵੇਖ ਹੀ ਲਿਆ ਜੀ ਕਿ ਜਿਹੜਾ ਰਾਜਦੀਪ ਸਿੰਘ ਐਡਵੋਕੇਟ ਹੋਰਾਂ ਦਾ ਬਿਆਨ, ਉਹਨੂੰ ਦਬਾਉਣ ਦਾ ਯਤਨ ਕੀਤਾ ਗਿਆ, ਇਹ ਅਸਲ ਵਿੱਚ ਇੱਕ ਨਹੀਂ ਤਿੰਨਾਂ ਪਾਸਿਆਂ ਤੋਂ ਗੱਲ ਖੁੱਲ੍ਹ ਗਈ। ਇੱਕ ਤਾਂ ਤਰਲੋਚਨ ਸਿੰਘ ਹੋਰਾਂ ਦੀ ਚਿੱਠੀ ਕਿ ਕੋਈ ਮਾਫ਼ੀ ਨਹੀਂ ਮੰਗੀ, 6 ਸਾਲ ਪੁਰਾਣੀ ਚਿੱਠੀ ਕੱਢ ਕੇ ਅਤੇ ਬਿਨਾਂ ਮੰਗੀ ਮਾਫ਼ੀ ਦੇ ਰਹੇ। ਦੂਜਾ ਰਾਜਦੀਪ ਸਿੰਘ ਐਡਵੋਕੇਟ ਹੋਰਾਂ ਨੇ ਕਿਹਾ ਤਾ ਕਿ ਅਕਸ਼ੇ ਕੁਮਾਰ ਦੇ ਘਰ ਇੱਕ ਫਿਲਮ ਸਿੰਘ ਕਿੰਗ ਦਾ ਸੌਦਾ ਹੋਇਆ, ਅਤੇ ਨਾਲ ਸੱਚੇ ਸੌਦੇ ਵਾਲੇ ਬਾਬੇ ਦੀ ਮਸੰਜਰ ਆਫ ਗਾਰਡ ਦਾ ਸੌਦਾ ਹੋ ਗਿਆ। ਇੱਕ ਤੀਜੀ ਗੱਲ ਕਿ ਹਰਬੰਸ ਸਿੰਘ ਜਲਾਲ ਸਾਬਕਾ ਵਿਧਾਇਕ ਨੇ ਵੀ ਇਹੋ ਗੱਲ ਕਹਿਤੀ ਕਿ ਮੇਰੇ ਕੋਲ ਵੀ ਇਹੋ ਖਬਰ ਹੈ ਕਿ ਅਕਸ਼ੇ ਕੁਮਾਰ ਦੇ ਘਰ ਸੌਦਾ ਆ। ਆਹ ਦੋ ਗੱਲਾਂ ਤਾਂ ਤੁਸੀਂ ਸੁਣ ਚੁੱਕੇ ਹਾਂ, ਇਹਦੇ ਤੋਂ ਬਾਅਦ ਬਾਕੀ ਕੀ ਕੁਛ ਆ ਅਜੇ ਜਸਵਿੰਦਰ ਸਿੰਘ ਬੇਟਾ ਦੀ ਇਸ ਇੰਟਰਵਿਊ 'ਚ ਹੋਰ ਬਹੁਤ ਕੁਝ ਲੱਭਦਾ। ਬਿਲਕੁਲ ਸਹੀ ਮਨ ਸਾਹਿਬ, ਇਹ ਤਾਂ ਚਲੋ ਆਪਾਂ ਘਟਨਾਕ੍ਰਮ ਦੇਖਦੇ ਹਾਂ, ਇੱਕ ਫਿਲਮ ਦੀ ਗੱਲ ਚੱਲਦੀ ਹੈ, ਫਿਰ ਉਹ ਉੱਥੇ ਕੋਈ ਸੌਦੇ ਪੱਤੇ ਦੀ ਗੱਲ ਚੱਲਦੀ ਹੈ, ਪਰ ਬਰਗਾੜੀ ਅਤੇ ਬਹਿਬਲ ਕਲਾਂ ਗਾਂਡ ਦੀ ਆਪਾਂ ਗੱਲ ਕਰਦੇ ਹਾਂ, ਇਸ ਵਕਤ ਵੀ ਉੱਥੇ ਮੋਰਚਾ ਲੱਗਾ ਹੋਇਆ। ਹੁਣ ਇਹ ਸਾਰੇ ਕੁਛ ਦੀ ਜਿਹੜੀ ਤੰਦ ਹੈ ਉਹ ਕਿਤੇ ਨਾ ਕਿਤੇ ਇੱਥੇ ਆਣ ਕੇ ਵੀ ਜੁੜਦੀ ਹੈ, ਜਿਹਦਾ ਕਰਕੇ ਹੁਣ SIT ਨੇ ਇਹ ਸਮਨ ਜਾਰੀ ਕੀਤੇ ਆ ਜੀ। ਇਹ ਗੱਲ ਜੁੜਦੀ ਹੈ ਉਹ ਇਸ ਕਰਕੇ ਕਿ ਪਹਿਲਾਂ ਉਹਨੂੰ ਮਾਫ਼ੀ ਦਿੱਤੀ ਗਈ,
ਫਿਰ ਅੱਜ ਤੱਕ ਦੇ ਇਤਿਹਾਸ 'ਚ ਕਦੇ ਨਹੀਂ ਹੋਇਆ ਕਿ ਅਕਾਲ ਤਖ਼ਤ ਦੇ ਕਿਸੇ ਹੁਕਮਨਾਮੇ ਨੂੰ ਕਿਸੇ ਫੈਸਲੇ ਨੂੰ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਪ੍ਰਚਾਰਿਆ ਹੋਵੇ। 81 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਜੀ, ਜਦੋਂ ਲੋਕਾਂ ਦੇ ਦਬਾਅ ਥੱਲੇ ਵਾਪਸ ਲੈਣਾ ਪਿਆ, ਫਿਰ ਉਦੋਂ ਸੱਚੇ ਸੌਦੇ ਵਾਲੇ ਦੇ ਬੰਦੇ ਕਹਿੰਦੇ ਸੀ ਜੇ ਸਾਡੇ ਬਾਬੇ ਵਾਲੇ ਫੈਸਲਾ ਵਾਪਸ ਲੈਣਗੇ ਤਾਂ ਅਸੀਂ ਫਿਰ ਰੰਗ ਵਿਖਾ ਦਿਆਂਗੇ। ਉਦੋਂ ਬਾਅਦ ਇੱਕ ਪਿੰਡ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਈ, ਫਿਰ ਉਹਦੇ ਪੱਤਰੇ ਅੱਡ ਅੱਡ ਥਾਵਾਂ 'ਤੇ ਖਿਲਾਰੇ ਗਏ, ਫਿਰ ਰੋਸ ਕਰਦੇ ਸਿੱਖਾਂ 'ਤੇ ਗੋਲੀ ਚੱਲੀ। ਉਹ ਜਿਹੜੇ ਉਸ ਵਕਤ ਸਾਰਾ ਕੁਝ ਹੋਇਆ, ਬਿਹਤਰ ਇਹ ਹੈ ਕਿ ਉਹਦੀ ਕਹਾਣੀ ਅਸੀਂ ਰਾਜਦੇਵ ਸਿੰਘ ਐਡਵੋਕੇਟ ਹੋਰਾਂ ਤੋਂ ਸੁਣੀਏ। ਦੇਖੋ ਜਿਹੜਾ ਬੇਅਦਬੀ ਦਾ, ਬੇਅਦਬੀ ਦੇ ਮਸਲੇ ਆ ਉਹਦੇ 'ਚ ਸਪਸ਼ਟ ਹੋ ਚੁੱਕਿਆ 100% ਕਿ ਸਿੱਧਾ ਡੇਰਾ ਸਰਸਾ ਨੇ ਜਿਹੜਾ ਗੁਰਮੀਤ ਰਾਮ ਰਹੀਮ ਹੈ ਉਸ ਦੇ ਹੁਕਮਾਂ 'ਤੇ ਇਹ ਬੇਅਦਬੀ ਕਰਾਈ ਸੀ। ਅਤੇ ਬਹਿਬਲ ਕਲਾਂ ਦਾ ਗੋਲੀ ਕਾਂਡ ਜਿਹੜਾ ਔਰੰਗਜ਼ੇਬ ਦੀ ਯਾਦ ਕਰਾਉਂਦਾ, ਜਿਹੜਾ ਜਲ੍ਹਿਆਂਵਾਲੇ ਬਾਗ ਦੀ ਯਾਦ ਕਰਾਉਂਦਾ, ਜਿੱਥੇ ਦੋ ਸਿੰਘਾਂ ਨੂੰ ਬਿਨਾਂ ਕਾਰਨ ਸ਼ਾਂਤਮਈ ਧਰਨੇ 'ਚ ਬੈਠਿਆਂ ਨੂੰ ਸ਼ਹੀਦ ਕਰ ਦਿੱਤਾ, ਉਹ ਲੂ ਕੰਢੇ ਖੜ੍ਹੇ ਕਰ ਦਿੰਦਾ ਹਰੇਕ ਸਿੱਖ ਦੇ, ਨਹੀਂ ਹਰੇਕ ਇਨਸਾਫ ਪਸੰਦ ਬੰਦੇ ਦੇ। ਉਹਦੇ ਵਿੱਚ ਸਿੱਧੀ ਗੋਲੀ ਜਿਹੜੀ ਚਲਾਈ ਗਈ ਹੈ ਉਹ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਹੁਕਮ ਨਾਲ ਚਲਾਈ ਹੈ। ਸਮੇਧ ਸੈਣੀ ਨੇ ਉਹ ਹੁਕਮ ਇਹਨਾਂ ਦੇ ਚਹੇ ਤੋਂ ਦਿੱਤਾ, ਅਤੇ ਜਿਹੜੇ ਪੁਲਿਸ ਵਾਲੇ ਉਸ ਦੇ ਵਿੱਚ ਦੋਸ਼ੀ ਨੇ ਉਹ ਗੋਲੀ ਚਲਾਉਣ 'ਚ, ਜਿਨ੍ਹਾਂ ਨੇ ਦੋ ਸਿੱਖਾਂ ਦੇ ਸੀਨੇ ਪਾੜਤੇ, ਉੱਥੇ ਜਿਹੜੇ ਬਿਲਕੁਲ ਸ਼ਾਂਤਮਈ ਧਰਨੇ ਨਾਲ ਬੈਠੇ ਸੀ, ਉਹ ਇੱਕ ਐਸੀ ਮੱਦਭਾਗੀ ਘਟਨਾ, ਇੱਕ ਐਸੀ ਨਿੰਦਣਯੋਗ ਅਤੇ ਜੁਲਮਾਨਾ ਜਿਹੜੀ ਹੈ ਜ਼ਾਲਮ ਪੁਣੇ ਦੀ ਘਟਨਾ ਇਸ ਦੇ ਇਤਿਹਾਸ ਦੇ ਵਿੱਚ, ਜਿਸ ਨੂੰ ਕਦੇ ਸਿੱਖ ਪੰਥ ਤੱਕ ਹੀ ਕੋਈ ਵੀ ਇਨਸਾਫ ਪਸੰਦ ਬੰਦਾ ਜਿਹੜਾ ਹੈ ਉਹ ਮਾਫ਼ ਨਹੀਂ ਕਰ ਸਕਦਾ। ਉਸ ਥਾਂ 'ਤੇ ਸਾਰੇ ਜਿੰਨੇ ਵੀਡੀਓ ਦੇਖੀਆਂ ਨੇ ਉਸ ਦੇ ਵਿੱਚ ਉਹ ਸ਼ਾਂਤਮਈ ਧਰਨੇ 'ਤੇ ਬੈਠਿਆਂ 'ਤੇ ਬਿਨਾਂ ਮਤਲਬ ਅਤੇ ਬਿਨਾਂ ਗੱਲ ਤੋਂ, ਬਿਨਾਂ ਕਿਸੇ ਉਹਨਾਂ ਨੂੰ ਪ੍ਰੋਵੋਕੇਸ਼ਨ ਦੇ ਉਹ ਜਿਹੜੀ ਆ ਉਹ ਗੋਲੀ ਚਲਾਈ ਗਈ ਹੈ। ਇਹ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਉਸ ਦੇ ਲਈ ਸਿੱਧੇ ਤੌਰ 'ਤੇ ਦੋਸ਼ੀ ਨੇ। ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਹਾਉਣ ਵਾਲੀ ਜਿਹੜੀ ਇਹ ਲੀਡਰਸ਼ਿਪ ਹੈ ਅੱਜ ਵੀ ਚਿੰਬੜੀ ਹੋਈ ਹੈ, ਇਹ ਸਾਰੀ ਲੀਡਰਸ਼ਿਪ ਬਹਿਬਲ ਕਲਾਂ ਦੇ ਗੋਲੀ ਕਾਂਡ ਦੇ ਲਈ ਜ਼ਿੰਮੇਵਾਰ ਹੈ। ਅਤੇ ਸਰਸੇ ਦੇ ਡੇਰੇ ਦੇ ਨਾਲ ਇਹਨਾਂ ਦੀ ਡੰਡ ਧੁੱਪ ਕਰਕੇ ਗੋਲੀ ਚੱਲੀ। ਜਦੋਂ ਸਰਸੇ ਵਾਲੇ ਧਰਨਿਆਂ 'ਤੇ ਬੈਠੇ ਰਹੇ, ਉਹਨਾਂ ਨੇ ਮਹੀਨੇ ਬੱਧੀ ਧਰਨੇ ਲਾਏ, ਉਹਨਾਂ ਨੇ ਬੱਸਾਂ ਸਾੜੀਆਂ, ਉਹਨਾਂ ਨੇ ਬੜੀ ਵੱਡੀ ਪੱਧਰ 'ਤੇ ਹਿੰਸਾ ਕੀਤੀ। ਕਿਸੇ ਇੱਕ ਥਾਂ 'ਤੇ ਵੀ ਗੋਲੀ ਨਹੀਂ ਚਲਾਈ ਗਈ, ਕਿਸੇ ਇੱਕ ਬੰਦੇ ਨੂੰ ਮਾਰਿਆ ਨਹੀਂ ਗਿਆ। ਅਤੇ ਸਿੱਖਾਂ ਦੇ ਇਸ ਸ਼ਾਂਤਮਈ ਧਰਨੇ 'ਤੇ ਗੋਲੀਆਂ ਚਲਾ ਕੇ ਦੋ ਜਣਿਆਂ ਦੇ ਸੀਨੇ ਜਿਹੜੇ ਨੇ ਉਹ ਪਾੜ ਦਿੱਤੇ ਗਏ। ਸੋ ਇਸ ਘਟਨਾ 'ਤੇ ਸਿੱਖ ਪੰਥ ਇੱਕ ਮੁੱਠ ਹੈ, ਸਾਰੇ ਇਨਸਾਫ ਪਸੰਦ ਜਿਹੜੇ ਲੋਕ ਨੇ ਉਹ ਇੱਕ ਮੁੱਠ ਨੇ। ਇਹ ਜਿਹੜਾ ਸਮਝੌਤਾ ਹੋਇਆ ਅਕਸ਼ੇ ਕੁਮਾਰ ਦੀ ਕੋਠੀ 'ਤੇ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਸ਼ਾਮਿਲ ਸੀ, ਗੁਰਮੀਤ ਰਾਮ ਰਹੀਮ ਸ਼ਾਮਿਲ ਸੀ, ਇਹੀ ਬਹਿਬਲ ਕਲਾਂ ਦੀ ਗੋਲੀ ਕਾਂਡ ਲਈ ਜ਼ਿੰਮੇਵਾਰ ਹੈ, ਇਹੀ ਬੇਅਦਬੀਆਂ ਦੇ ਲਈ ਜ਼ਿੰਮੇਵਾਰ ਹੈ। ਇਹ ਇੱਕ ਐਸਾ ਸਮਝੌਤਾ ਹੈ, ਇੱਕ ਐਸਾ ਸਮਝੌਤਾ ਹੈ ਜਿਹੜਾ ਇਨਸਾਨੀਅਤ ਦੇ ਖਿਲਾਫ਼ ਵੀ ਸੀ, ਸਿੱਖ ਪੰਥ ਦੇ ਖਿਲਾਫ਼ ਵੀ ਸੀ, ਗੁਰੂ ਗ੍ਰੰਥ ਸਾਹਿਬ ਦੀ ਮਹਾਨ ਮਹਾਨਤਾ ਦੇ ਖਿਲਾਫ਼ ਵੀ ਸੀ, ਇਹ ਇਨਸਾਫ ਦੇ ਖਿਲਾਫ਼ ਵੀ ਸੀ, ਇਹ ਸਦਾਚਾਰ ਦੇ ਖਿਲਾਫ਼ ਵੀ ਸੀ, ਇਹ ਦੀਨ ਅਤੇ ਅਮਾਨ ਦੇ ਖਿਲਾਫ਼ ਵੀ ਸੀ। ਪਰ ਸਭ ਇੱਥੇ ਇੱਕ ਸਵਾਲ ਹੋਰ ਆਉਂਦਾ, ਜਦੋਂ ਆਪਾਂ ਇਹ ਸੰਮਣ ਜਾਰੀ ਕਰਨ ਦੀ ਗੱਲ ਕਰਦੇ ਹਾਂ ਤਾਂ ਜੇ ਤੁਸੀਂ ਦੇਖਿਆ ਹੋਵੇ ਤਾਂ ਜਿਹੜੀ ਰਣਜੀਤ ਸਿੰਘ ਕਮਿਸ਼ਨ ਵਾਲੀ ਰਿਪੋਰਟ ਸੀਗੀ ਉਹਨੂੰ ਵੀ ਅਕਾਲੀ ਦਲ ਨੇ ਨਕਾਰ ਦਿੱਤਾ ਸੀ ਕਿ ਇੱਕ ਰਿਪੋਰਟਾਂ ਰਿਪੋਰਟ ਨਹੀਂ ਹੈਗੀ। ਮੇਰਾ ਖਿਆਲ ਉਹਨਾਂ ਨੇ ਸੰਮਣ ਵੀ ਕੀਤਾ ਸੀਗਾ ਪਰ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਨਹੀਂ ਸੀ ਹਾਜ਼ਰੀ ਭਰੀ ਬਾਦਲ ਪਰਿਵਾਰ ਨੇ। ਅਤੇ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਉਹ ਹਾਜ਼ਰੀ ਭਰ ਸਕਦੇ ਆ ਜਾਂ ਜੇ ਉਹ ਨਹੀਂ ਵੀ ਭਰਦੇ ਤਾਂ ਫਿਰ ਹੋਰ ਕੀ ਹੋ ਸਕਦਾ? ਦੇਖੋ ਜਿਹੜਾ ਜਸਟਿਸ ਰਣਜੀਤ ਸਿੰਘ ਸੀ ਉਹ ਕਮਿਸ਼ਨ ਆਫ ਇਨਕੁਆਇਰੀ ਐਕਟ ਅਧੀਨ ਉਹਦੀ ਡਿਊਟੀ ਲਾਈ ਗਈ ਸੀ। ਉਹ ਇਸੇ ਤਰ੍ਹਾਂ ਹੀ ਜਿਵੇਂ ਕਿਸੇ ਮਾਮਲੇ 'ਚ ਇੱਕ ਸਾਲਿਸ ਮੁਕਰਰ ਕਰ ਦਿੱਤਾ ਜਾਵੇ ਜੀ, ਅਦਾਲਤਾਂ ਵੀ ਕਈ ਵਾਰੀ ਇਸ ਤਰ੍ਹਾਂ ਦੇ ਕਮਿਸ਼ਨ ਅਪੁਆਇੰਟ ਕਰਦੀਆਂ ਨੇ, ਉਹਦੀ ਪੁਜੀਸ਼ਨ ਵੱਖਰੀ ਸੀ, ਉਹ ਕਿਸੇ ਨੂੰ ਸੰਮਣ ਕਰੇ ਉਹ ਨਹੀਂ ਆਉਂਦੇ ਅਤੇ ਨਾ ਸਹੀ, ਇੱਦਾਂ ਦੇ ਸਾਹਮਣਿਆਂ ਦੀ ਪਰਵਾਹ ਨਹੀਂ ਕਰਦੇ ਨੇ ਬਾਦਲ ਉਹਨਾਂ ਨੂੰ ਪਤਾ ਜੀ। ਹੁਣ ਜਿਹੜੀ ਵਿਸ਼ੇਸ਼ ਜਾਂਚ ਟੀਮ ਹੈ ਇਹਦੇ ਵਿੱਚ ਸਾਬਕਾ ਅਫਸਰ ਨਹੀਂ ਗਏ, ਰਣਜੀਤ ਸਿੰਘ ਸਾਬਕਾ ਜੱਜ ਸੀ ਜੀ। ਇਹਦੇ ਵਿੱਚ ਉਹ ਅਫਸਰ ਨੇ ਜਿਹੜੇ ਪੰਜਾਬ ਪੁਲਿਸ ਦੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦਾ ਹਿੱਸਾ ਨੇ, ਇੱਕ ਐਡੀਸ਼ਨਲ ਡੀ ਜੀ ਪੀ ਹੈ, ਦੋ ਆਈ ਜੀ ਨੇ, ਦੋ ਐੱਸ ਐੱਸ ਪੀ ਨੇ, ਇਹ ਸਾਰੇ ਲੋਕ ਜਿਹੜੇ ਨੇ ਇੱਕ ਬਕਾਇਦਾ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ। ਅਤੇ ਧਾਰਾ 160 ਜਿਹੜੀ ਸੀ ਆਰ ਪੀ ਸੀ ਦੀ ਆ ਉਹਦੇ ਅੰਡਰ ਜਦੋਂ ਉਹ ਸੱਦੇ ਆ, ਜੇ ਉਹ ਆਉਣ ਤੋਂ ਨਾ ਕਰਨ ਜੀ ਤਾਂ ਇਹ ਬਕਾਇਦਾ ਉਹਨਾਂ ਦੇ ਵਾਰੰਟ ਜਾਰੀ ਕਰਕੇ ਵੀ ਉਹਨਾਂ ਨੂੰ ਪੇਸ਼ ਹੋਣ ਵਾਸਤੇ ਕਹਿ ਸਕਦੇ ਆ। ਇਹ ਗੱਲ ਪਹਿਲਾਂ ਨਾਲੋਂ ਬਹੁਤ ਸਖਤ ਹੋ ਚੁੱਕੀ ਆ। ਇਸ ਵੇਲੇ ਇਹ ਬਾਦਲ ਬਾਪ ਬੇਟੇ ਵਾਸਤੇ ਵੀ ਅਤੇ ਉਹਨਾਂ ਦੇ ਜਿਹੜੇ ਸਮਰਥਕ ਆ ਉਹਨਾਂ ਵਾਸਤੇ ਵੀ ਬਹੁਤ ਵੱਡੀ ਸੰਕਟ ਦੀ ਘੜੀ ਹੈ ਕਿ ਜੇ ਤੋਂ ਹੁਣ ਤੱਕ ਇਹ ਗੱਲ ਟਾਲਦੇ ਰਿਹਾ ਸੀ ਐਨ ਉਸ ਪਾਸੇ ਆ ਰਹੀ ਹੈ, ਅਤੇ ਜਿੱਥੇ ਆ ਗਈ ਹੈ ਉੱਥੇ ਹੁਣ ਬੈਕ ਗੇਅਰ ਨਹੀਂ ਲੱਗਣਾ ਬਲਕਿ ਅੱਗੇ ਜਾਊ। ਪਰ ਫਰਕ ਇਹਦਾ ਕੀ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਜਾਂ ਉਹਦੇ ਬਾਰੇ ਸੁਖਬੀਰ ਸੋਹਰਾਂ ਦੇ ਕੀ ਵਿਚਾਰ ਹੈ, ਇਹ ਦੱਸਣਗੇ ਰਾਜਦੇਵ ਸਿੰਘ ਐਡਵੋਕੇਟ ਹੋਰੀ ਜੀ। ਦੇਖੋ ਜਿਹੜਾ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਿਆ ਜੀ, ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਤਾਂ ਜਿਹੜਾ ਉਹ ਸਿਆਸੀ ਤੌਰ 'ਤੇ ਸਿਆਸੀ ਪ੍ਰਭਾਵ ਦੇ ਹੇਠ
ਕੋਈ ਬਾਹਲੀ ਛਾਣਬੀਣ ਕਰਨ ਦੀ ਕਿਸੇ ਨੂੰ ਬੁਲਾਉਣ ਦੀ ਹੋਰ ਦੀ ਕੋਈ ਜ਼ਰੂਰਤ ਹੀ ਨਹੀਂ ਸਮਝੀ। ਪਰੰਤੂ ਜਿਹੜੀ ਉਹਨਾਂ ਨੇ ਉਹਦੇ ਵਿੱਚ ਉਸ ਦਾ ਉਹਦੇ ਵਿੱਚ ਦਿੱਤਾ ਸਿੱਟਾ ਜਿਹੜਾ ਕੱਢਿਆ ਉਹ ਲਗਭਗ ਉਹੀ ਸੀ ਜਿਹੜਾ ਜਸਟਿਸ ਰਣਜੀਤ ਸਿੰਘ ਨੇ ਕੱਢਿਆ, ਪਰੰਤੂ ਉਹ ਸਿੱਟੇ ਨੂੰ ਬਾਹਲੀ ਅਹਿਮੀਅਤ ਨਹੀਂ ਦਿੱਤੀ। ਅਤੇ ਇੱਕ ਗੱਲ ਇਹ ਤੁਹਾਨੂੰ ਮੈਂ ਦੱਸਾਂ ਕਿ ਕਮਿਸ਼ਨ ਆਫ ਇਨਕੁਆਇਰੀ ਐਕਟ ਦੇ ਥੱਲੇ ਸਥਾਪਿਤ ਹੋਏ ਸੀ, ਜਸਟਿਸ ਜੋਰਾ ਸਿੰਘ ਕਮਿਸ਼ਨ ਵੀ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੀ। ਕਮਿਸ਼ਨ ਆਫ ਇਨਕੁਆਇਰੀ ਐਕਟ ਦੇ ਥੱਲੇ ਇਹਨਾਂ ਨੂੰ ਇੱਕ ਸਿਵਲ ਅਦਾਲਤ ਦੀਆਂ ਤਾਕਤਾਂ ਦਿੱਤੀਆਂ ਹੋਈਆਂ ਨੇ। ਸਿਵਲ ਅਦਾਲਤ ਦੇ ਵਿੱਚ ਇਹ ਹੁੰਦਾ ਹੈ ਕਿ ਜੇ ਤੁਸੀਂ ਸੰਮਣ ਭੇਜਦੇ ਹੋ, ਜੇ ਕੋਈ ਨਹੀਂ ਆਉਂਦਾ ਤਾਂ ਤੁਸੀਂ ਉਸ ਨੂੰ ਉਸ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਕਦਮ ਚੱਕ ਸਕਦੇ ਹੋ। ਪਰੰਤੂ ਉਹ ਉਹਨਾਂ ਦੀ ਮਰਜ਼ੀ 'ਤੇ ਆਧਾਰਿਤ ਹੈ ਕਿ ਜਿਹੜੇ ਕਮਿਸ਼ਨ ਦੇ ਚੇਅਰਮੈਨ ਨੇ ਉਹ ਉਸ ਨੂੰ ਉਹ ਕਦਮ ਚੱਕਣ ਜਾਂ ਨਾ ਚੱਕਣ। ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਵੀ ਨਹੀਂ ਚੱਕੇ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਨੋਟਿਸ ਜਾਰੀ ਕੀਤੇ, ਸੰਮਣ ਜਾਰੀ ਕੀਤੇ, ਪਰੰਤੂ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਮੈਂ ਨਹੀਂ ਸਮਝਦਾ ਵੀ ਕਿਸੇ ਸਿਆਸੀ ਪ੍ਰਭਾਵ ਥੱਲੇ ਸੀ, ਉਹ ਇੱਕ ਨਿਰਪੱਖ ਹੈ, ਉਹਨਾਂ ਦੀ ਨਿਰਪੱਖਤਾ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਜਸਟਿਸ ਰਣਜੀਤ ਸਿੰਘ ਦੀ 'ਤੇ। ਅਤੇ ਪਰੰਤੂ ਉਹਨਾਂ ਨੇ ਇਹ ਕਿ ਵੀ ਮੈਂ ਇਹਨਾਂ ਨੂੰ ਸਾਹਮਣ ਕਰੂੰਗਾ, ਇਹਦੇ ਲਈ ਕੋਈ ਇਹੋ ਜਿਹੇ ਜਿਹਨੂੰ ਟੋਰਸਿਵ ਮੈਥਡ 'ਚ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ, ਮੈਂ ਉਹਨਾਂ ਨੂੰ ਅਡੋਪਟ ਕਰੂੰਗਾ ਤਾਂ ਉਸ ਦੇ ਨਾਲ ਗਲਤ ਪ੍ਰਭਾਵ ਹੋ ਸਕਦਾ। ਉਹਨਾਂ ਨੇ ਸਾਹਮਣ ਭੇਜ ਕੇ ਚੁੱਪ ਹੋ ਗਏ ਬਈ ਇਹਨਾਂ ਦਾ ਨਾਂ ਆਉਣਾ ਹੀ ਆਪਣੇ ਆਪ ਇਹਨਾਂ ਦੇ ਖਿਲਾਫ਼ ਵਿੱਚ ਸਬੂਤ ਮੰਨਿਆ ਜਾਊਗਾ। ਜਦੋਂ ਕਿਸੇ ਨੂੰ ਸਾਹਮਣ ਭੇਜਤਾ, ਦੇਖੋ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜਤਾ, ਸੁਖਬੀਰ ਸਿੰਘ ਬਾਦਲ ਨੂੰ ਭੇਜਤਾ, ਉਹ ਹਾਜ਼ਰ ਨਹੀਂ ਆਉਂਦੀ ਤਾਂ ਇਹ ਆਪਣੇ ਆਪ 'ਚ ਇੱਕ ਸਬੂਤ ਹੈ। ਇਸੇ ਤਰ੍ਹਾਂ ਹੀ ਇੰਡੀਅਨ ਐਵੀਡੈਂਸ ਐਕਟ ਦੀ ਧਾਰਾ 114 ਹੈ ਕਿ ਜਿਹਦੇ 'ਚ ਕੋਈ ਬੰਦਾ ਆਉਂਦਾ ਨਹੀਂ ਹੈ ਤਾਂ ਇਹ ਸਮਝਿਆ ਜਾਊ ਕਿ ਉਹਦੇ ਖਿਲਾਫ਼ ਜਿਹੜਾ ਜੁਰਮ ਹੈ ਉਹ ਸਾਬਤ ਹੋ ਗਿਆ ਜੇ ਨਹੀਂ ਆਉਂਦਾ। ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਸੀ ਕਿ ਹੁਣ ਸਿੱਟ ਦੇ ਇਹਨਾਂ ਨੂੰ ਤਲਬ ਕਰ ਲਿਆ, ਦੇਖੋ ਜਿਹੜਾ ਪ੍ਰਬੋਧ ਚੰਦਰ ਇਹ ਮੁਖੀ ਹੈ ਸਿੱਟ ਦੇ, ਅਤੇ ਕਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਸਿੱਟ ਦੇ ਵਿੱਚ ਹੋਰ ਨੇ, ਇਹ ਐਸੇ ਇੱਕ ਪੁਲਿਸ ਅਫਸਰ ਮੰਨੇ ਜਾਂਦੇ ਨੇ ਦੇਸ਼ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਹਮੇਸ਼ਾ ਨਿਰਪੱਖਤਾ ਦਾ ਸਬੂਤ ਦਿੱਤਾ ਹੈ, ਅਤੇ ਇਹ ਸਿੱਟ ਜਿਹੜੀ ਹੈ ਸਿਆਸੀ ਦਬਾਅ ਤੋਂ ਮੁਕਤ ਹੈ। ਕ੍ਰਿਮੀਨਲ ਪ੍ਰੋਸੀਜਰ ਕੋਡ ਜਿਸ ਨੂੰ ਜ਼ਾਬਤਾ ਫੌਜਦਾਰੀ ਕਿਹਾ ਜਾਂਦਾ ਹੈ ਉਹਦੀ ਧਾਰਾ 160 ਦੇ ਤਹਿਤ ਇਹ ਜਿਹੜੀ ਹੈ ਸਿੱਟ ਜਿਹੜੀ ਹੈ ਉਹ ਕਿਸੇ ਨੂੰ ਵੀ ਤਲਬ ਕਰ ਸਕਦੀ ਹੈ, ਉਹਦੇ ਲਈ ਉੱਥੇ ਹਾਜ਼ਰ ਹੋਣਾ ਜ਼ਰੂਰੀ ਹੈ। ਉਸ ਦੀ ਮਰਜ਼ੀ 'ਤੇ ਆਧਾਰਿਤ ਨਹੀਂ ਹੈ ਵੀ ਉਹ ਹਾਜ਼ਰ ਹੋਵੇ ਜਾਂ ਨਾ ਹੋਵੇ। ਜੇ ਉਹ ਨਹੀਂ ਹਾਜ਼ਰ ਹੁੰਦਾ ਤਾਂ ਉਸ ਦੇ ਜਮਾਨਤੀਏ ਵਰੰਟ ਭੇਜੇ ਜਾ ਸਕਦੇ ਹੈ। ਜੇ ਉਹ ਜਮਾਨਤੀਆ ਵਰੰਟ 'ਤੇ ਇਤਲਾਹ ਹੋਣ ਦੇ ਬਾਵਜੂਦ ਫਿਰ ਪੇਸ਼ ਨਹੀਂ ਹੁੰਦਾ ਤਾਂ ਫਿਰ ਉਸਦੇ ਗੈਰ ਜਮਾਨਤੀ ਵਰੰਟ ਜਿਹੜੇ ਨੇ ਉਹ ਭੇਜੇ ਜਾ ਸਕਦੇ ਹੈ। ਗੈਰ ਜਮਾਨਤੀ ਵਰੰਟ ਦੇ ਵਿੱਚ ਇਹ ਹੁੰਦਾ ਕਿ ਉਸ ਨੂੰ ਗ੍ਰਿਫਤਾਰ ਕਰਕੇ ਸਿੱਟ ਦੇ ਸਾਹਮਣੇ ਪੇਸ਼ ਕੀਤਾ ਜਾਵੇ, ਅਤੇ ਹੁਣ ਇਸ ਦੇ ਵਿੱਚ ਪੇਸ਼ ਹੋਣਾ ਬਾਦਲ ਪਰਿਵਾਰ ਦੀ, ਅਕਸ਼ੇ ਕੁਮਾਰ ਦੀ, ਜਾਂ ਕੋਈ ਸਮੇਤ ਸੈਣੀ ਹੈ ਜਾਂ ਕਿਸੇ ਪੁਲਿਸ ਅਫਸਰ ਦੀ, ਉਹਨਾਂ ਦੀ ਮਜਬੂਰੀ ਹੈ। ਉਹ ਇਹ ਨਹੀਂ ਹੈ ਕਿ ਉਹਨਾਂ ਨੇ ਕੋਰ ਕਮੇਟੀ ਨੇ ਫੈਸਲਾ ਕਰ ਲਿਆ, ਜਿਹੜੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਕਹਾਉਂਦੇ ਹੈ ਅਤੇ ਉਹਨਾਂ ਦੀ ਕੋਰ ਕਮੇਟੀ ਜਿਹੜੀ ਆ ਉਹ ਫੈਸਲਾ ਕਰ ਲਏ ਵੀ ਅਸੀਂ ਪੇਸ਼ ਹੋਣਾ, ਇਹ ਉਹਨਾਂ ਦੀ ਮਨਮਰਜ਼ੀ 'ਤੇ ਆਧਾਰਿਤ ਨਹੀਂ ਹੈ ਵੀ ਉਹ ਪੇਸ਼ ਹੋਣਾ ਚਾਹੁੰਦੇ ਆ ਜਾਂ ਨਹੀਂ ਪੇਸ਼ ਹੋਣਾ ਚਾਹੁੰਦੇ, ਉਹਨਾਂ ਨੂੰ ਪੇਸ਼ ਹੋਣਾ ਹੀ ਪਊਗਾ। ਬਿਲਕੁਲ, ਕਿਉਂਕਿ ਪੁਲਿਸ ਨੇ ਇੱਕ ਜ਼ਾਬਤੇ ਥੱਲੇ ਉਹਨਾਂ ਨੂੰ ਤਲਬ ਕੀਤਾ। ਵੈਸੇ ਚਲੋ ਆਪਾਂ ਡੀਲ ਦੇ ਵਿੱਚ ਸੁਣਿਆ ਅਤੇ ਜਿਵੇਂ ਮੇਰਾ ਖਿਆਲ ਨਾਲ ਖਾਲਸਾ ਹੋਰਾਂ ਨੇ ਕਹਿ ਲਓ ਕਿ ਖੁਲਾਸੇ ਕੀਤੇ ਨੇ, ਉਹ ਤੋਂ ਕਾਫ਼ੀ ਕੁਛ ਜਿਹੜਾ ਉਹ ਨਸ਼ਰ ਹੁੰਦਾ। ਵੈਸੇ ਹੁਣ ਤੁਸੀਂ ਆਪਣਾ ਵਿਊ ਪੁਆਇੰਟ ਕੀ ਕਹਿਣਾ ਚਾਹੋਗੇ ਜੋ ਕੁਛ ਵੀ ਇਸ ਵਕਤ ਘਟਨਾਕ੍ਰਮ ਚੱਲ ਰਿਹਾ? ਮੈਂ ਸਮਝਦਾ ਕਿ ਜਿਹੜਾ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ 'ਚ ਆਖਿਆ ਨਾ, ਬੇੜਾ ਡੋਬੇ ਪਾਤਨੀ ਕਿ ਪਾਰ ਉਤਾਰਾ, ਜਦੋਂ ਮਲਾਹ ਖੁਦ ਬੇੜੇ ਡੋਬਣ 'ਤੇ ਆ ਜੇ, ਸਾਰੀ ਸੰਗਤ ਨੂੰ, ਸੰਗਤ ਦਾ ਲੀਡਰ ਸਮੁੰਦਰ 'ਚ ਡੋਬਣ 'ਤੇ ਆ ਜੇ ਤਾਂ ਬਚਾਓ ਕੌਣ? ਉਸ ਵਕਤ ਪੰਥ ਦੀ ਬੇੜੀ ਦੇ ਔਰ ਪੰਜਾਬ ਦੀ ਬੇੜੀ ਦੇ ਵੀ ਮਲਾਹ ਪਿਓ ਪੁੱਤ ਸਨ ਜੀ। ਇੱਕ ਮੁੱਖ ਮੰਤਰੀ ਸੀ, ਇੱਕ ਡਿਪਟੀ ਮੁੱਖ ਮੰਤਰੀ ਸੀ। ਇਹ ਬਾਕੀ ਲੋਕਾਂ ਨੂੰ ਪਤਾ ਹੀ ਨਹੀਂ ਕੀ ਸਮਝਦੇ ਰਹੇ, ਔਰ ਜੋ ਕੁਝ ਇਹਨਾਂ ਨੇ ਕੀਤਾ ਉਹ ਸਾਰੇ ਕੁਝ ਦਾ ਸਿੱਟਾ ਪਹਿਲਾਂ ਲੋਕਾਂ ਨੇ ਭੁਗਤਿਆ ਸੀ, ਪੰਜਾਬ ਨੇ ਭੁਗਤਿਆ ਸੀ, ਸਿੱਖਾਂ ਇਕੱਲਿਆਂ ਨਹੀਂ ਪੰਜਾਬੀਆਂ ਸਮੁੱਚਿਆਂ ਨੇ ਭੁਗਤਿਆ ਸੀ। ਅਤੇ ਹੁਣ ਇੱਕ ਮੌਕਾ ਉਹੋ ਜਿਹਾ ਆ ਗਿਆ ਜਿੱਥੇ ਕਹਿੰਦੇ ਆ ਲੇਖਾ ਹੁੰਦਾ ਹੁੰਦਾ, ਉਹ ਲੇਖੇ ਦੀ ਘੜੀ ਤੁਰੀ ਆਉਂਦੀ ਆ। ਇਹਦੇ ਉੱਤੇ ਜਾ ਕੇ ਜੇ ਇਹ ਬਾਦਲ ਬਾਪ ਬੇਟਾ ਇਹ ਕਹਿਣ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਇੰਨਾ ਸੌਖਾ ਨਹੀਂ, ਕਾਨੂੰਨ ਦੀ ਬਾਂਹ ਲੰਮੀ ਬਹੁਤ ਹੁੰਦੀ ਆ, ਔਰ ਇਹਦੇ ਵਿੱਚੋਂ ਕਈ ਅਜੇ ਪਰਦੇ ਲੱਥਣਗੇ। ਜੇ ਮਲੇਸ਼ੀਆ ਤੋਂ ਆਇਆ ਮੁੰਡਾ ਹੁਣ ਫੜਿਆ ਗਿਆ ਸੱਚੇ ਸੌਦੇ ਵਾਲਿਆਂ ਦਾ, ਅਤੇ ਮਗਰੋਂ ਪਤਾ ਲੱਗਾ ਕਿ ਹੁਣ ਤੱਕ ਕਾਰੋਬਾਰ ਸਿੱਧਾ ਪੁੱਠਾ ਜਿੱਦਾਂ ਦਾ ਵੀ ਹੈ ਉਹ ਤਾਂ ਸ਼੍ਰੋਮਣੀ ਕਮੇਟੀ ਦੀਆਂ ਦੁਕਾਨਾਂ 'ਚ ਕਰਦਾ ਰਿਹਾ। ਇਹਨਾਂ ਨੂੰ ਨਹੀਂ ਪਤਾ ਵੀ ਮੁੰਡਾ ਕੌਣ ਹੈ, ਇਹਨਾਂ ਨੂੰ ਨਹੀਂ ਪਤਾ ਵੀ ਭੱਜ ਗਿਆ। ਸੱਚੇ ਸੌਦੇ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਦੁਕਾਨਾਂ ਦੇ ਕੇ ਅਤੇ ਉਹਨਾਂ ਦੇ ਕੋਲੋਂ ਇਹੋ ਜਿਹੇ ਕੰਮ ਹੁੰਦੇ ਵੇਖ ਕੇ ਅਤੇ ਅੱਖਾਂ ਬੰਦ ਕੀਤੀਆਂ ਗਈਆਂ, ਉਹਦੀਆਂ ਬੰਦ ਕੀਤੀਆਂ ਅੱਖਾਂ ਸੀ, ਹੁਣ ਲੋਕਾਂ ਸਾਹਮਣੇ ਕਿਸੇ ਨਾ ਕਿਸੇ ਰੂਪ 'ਚ ਖੁੱਲ੍ਹਣੀਆਂ ਪੈਣਗੀਆਂ।
ਇਹ ਇੰਨਾ ਸੌਖਾ ਨਹੀਂ ਕਿ ਪੱਲਾ ਬਚਾ ਕੇ ਨਿਕਲ ਜਾਇਆ ਜਾਵੇ। ਬਿਲਕੁਲ ਸਹੀ ਗੱਲ। ਉਹਨਾਂ ਸਾਹਿਬ ਤੁਸੀਂ ਸਮਾਂ ਕੱਢਿਆ ਅਤੇ ਖਾਸ ਕਰਕੇ ਖਾਲਸਾ ਹੋਰਾਂ ਦੀ ਗੱਲਬਾਤ ਨੂੰ ਵੀ ਜਿਵੇਂ ਤੁਸੀਂ ਅੱਜ ਸਾਰਿਆਂ ਦੇ ਸਾਹਮਣੇ ਰੱਖਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਅਤੇ ਆਸ ਕਰਦੇ ਹਾਂ ਜੀ ਕਿ ਇਹ ਜਿਹੜੀ ਇਨਫੋਰਮੇਸ਼ਨ ਹੈ ਅੱਜ ਪ੍ਰਾਈਮ ਮਿਨਿਸਟਰ ਟੀ ਵੀ ਨੇ ਆਪ ਜੀ ਦੇ ਨਾਲ ਸਾਂਝੀ ਕੀਤੀ, ਇਹ ਜ਼ਰੂਰ ਬਹੁਤ ਹੱਦ ਤੱਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਸਾਫ਼ ਕਰੇਗੀ। ਪ੍ਰਾਈਮ ਮਿਨਿਸਟਰ ਟੀ ਵੀ ਨੂੰ ਪਿਆਰ ਮੁਹੱਬਤ ਕਰਨ ਲਈ ਅਸੀਂ ਤਾਂ ਆਪ ਜੀ ਦੇ ਦਿਲੋਂ ਧੰਨਵਾਦੀ ਹਾਂ। ਫਿਲਹਾਲ ਦਿਓ ਇਜਾਜ਼ਤ ਗੁਰਪ੍ਰੀਤ ਸੰਧਾਂ ਵਾਲੇ ਨੂੰ, ਦੇਖਦੇ ਰਹਿਣਾ ਪ੍ਰਾਈਮ ਮਿਨਿਸਟਰ ਟੀ ਵੀ, ਤੁਹਾਡਾ ਆਪਣਾ ਤੁਹਾਡੇ ਲਈ।